ਆਹ ਗੇਟ ਆ, ਹਾਂਜੀ ਆਹ ਮੇਰਾ ਘਰ ਆ, ਇਹ ਸਾਰੀ ਜਗ੍ਹਾ ਮੈਂ ਵੜੀ ਆ ਮੇਰੇ ਕਬਜ਼ੇ ਹੇਠ 40 ਸਾਲ ਕਾਗਜ਼ ਪੱਤਰ ਮੇਰੇ ਕੋਲ ਆ ਪੂਰੇ। ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿੱਥੇ ਮੈਂ ਜਾਂਦਾ ਕਦੀ ਕੋਈ ਕੋਈ ਕਰਦਾ ਕਦੀ ਕੁਝ ਕਰਦਾ। ਮੇਰਾ ਨਾਮ ਗੁਰਦੀਪ ਸਿੰਘ ਸਾਨੋਬ ਜਰਨੈਲ ਸਿੰਘ ਵਿਲੇਜ ਅਠਵਾਲ ਡਾਕਖਾਨਾ ਨਿਹਿਰਾ ਮੱਝਾ ਸਿੰਘ, ਮੈਂ ਇੱਕ NRI ਹਾਂ, USA ਰਹਿਣਾ ਹਾਂ। ਇਹ ਆਹ ਜਿਹੜੀ ਜਗ੍ਹਾ ਹੈ ਇਹ ਮੇਰੀ 40 ਸਾਲ ਤੋਂ ਮੇਰਾ ਕਬਜ਼ਾ ਹੈ, ਇਹਦੇ ਵਿੱਚ ਮੈਂ ਮਕਾਨ ਬਣਾਇਆ ਹੈ। ਇਹ ਮਕਾਨ ਮੇਰਾ ਆਲਮੋਸਟ ਆਹ ਨਵੇਂ ਮਕਾਨ ਨੂੰ ਮੈਨੂੰ 6-7 ਸਾਲ ਹੋਏ ਬਣਾਏ ਨੂੰ, ਪੁਰਾਣਾ ਮਕਾਨ ਮੇਰਾ 35-40 ਸਾਲ ਤੋਂ ਬਣਿਆ ਹੈ। ਮੈਨੂੰ ਮੇਰੇ ਪਿੰਡ ਦਾ ਸਰਪੰਚ ਮੰਗਲਜੀਤ ਸਿੰਘ ਧਮਕੀਆਂ ਦਿੰਦਾ, ਜਾਨੋਂ ਮਾਰਦੀਆਂ, ਮੇਰੀ ਜਾਨ ਮਾਲ ਦਾ ਜ਼ਿੰਮੇਵਾਰ ਇਹ ਹੋਊਗਾ। ਜਿਹੜਾ ਗੇਟ ਮੈਂ ਗੇਟ ਬਣਾਉਣ ਆਇਆ ਹਾਂ, ਮੈਨੂੰ ਗੇਟ ਬਣਾਉਣ ਨਹੀਂ ਦਿੰਦਾ, ਕਹਿੰਦਾ ਮੈਂ ਤੈਨੂੰ ਗੇਟ ਨਹੀਂ ਬਣਾਉਣ ਦਿੰਦਾ। ਜਦੋਂ ਵੀ ਗੇਟ ਬਣਾਉਂਦਾ ਉਸੇ ਵੇਲੇ ਪੁਲਿਸ ਆ ਜਾਂਦੀ ਆ। ਗੇਟ ਕਿੱਥੇ ਬਣ ਰਿਹਾ, ਕਿਹੜੀ ਜਮੀਨ 'ਚ ਬਣ ਰਿਹਾ? ਗੇਟ ਬਣ ਰਿਹਾ ਮੇਰੀ ਜ਼ਮੀਨ ਮਾਲਕੀ 'ਚ, ਜਿਹੜੀ ਮੇਰੇ ਪਿਓ ਦੀ ਮਾਲਕੀ ਆ, ਮੈਂ ਉਹਦੇ 'ਚ ਘਰ ਬਣਾਇਆ। ਹਾਂਜੀ ਉਹਦੇ ਵਿੱਚ ਮੇਰਾ ਗੇਟ ਮੈਂ ਬਣਾਉਣ ਰਿਹਾ ਵਾਂ। ਉੱਥੇ ਆ ਕੇ ਤਾਂ ਮੈਨੂੰ 3-4 ਵਾਰ ਪੁਲਿਸ ਲਿਆਉਂਦੀ ਆ, ਉਸੇ ਵੇਲੇ ਮੈਨੂੰ ਡੱਕ ਦਿੰਦੇ ਆ। ਕਿਉਂ ਡੱਕਦਾ, ਕਾਰਨ ਕੀ ਕਹਿੰਦਾ ਇਹ? ਕਹਿੰਦਾ ਮੇਰੀ ਮਰਜ਼ੀ, ਸਾਡੀ ਸਰਕਾਰ ਆ, ਮੈਂ ਤੁਹਾਨੂੰ ਕੰਮ ਨਹੀਂ ਕਰ ਦੇਣਾ। ਮੈਂ ਧਾਲੀਵਾਲ ਸਾਹਿਬ ਮੰਤਰੀ ਨੂੰ ਬੇਨਤੀ ਕਰਦਾ ਹਾਂ, ਮੈਂ ਵੀ ਇੱਕ NRI ਹਾਂ, ਧਾਲੀਵਾਲ ਸਾਹਿਬ ਆਪਣੇ ਸਰਪੰਚਾਂ ਨੂੰ ਸਮਝਾ ਕੇ ਰੱਖੋ, ਇੰਨੀ ਅੱਤ ਨਾ ਕਰਾਓ। ਮੈਨੂੰ ਇੰਨਾ ਪਰੇਸ਼ਾਨ ਕੀਤਾ ਵੀ ਮੇਰੇ ਬੱਚੇ, ਮੇਰੀ ਵਾਈਫ ਸਾਰੇ USA ਵਿੱਚ ਪਰੇਸ਼ਾਨ ਹਨ। ਜੇ ਮੈਂ ਕੱਲ੍ਹ ਨੂੰ ਕੋਈ ਸੂਸਾਈਡ ਕਰ ਲਈ ਜਾਂ ਕੁਛ ਮੈਂ ਕਰ ਲਿਆ, ਪੁਲਿਸ ਅਤੇ ਇਹ ਸਰਪੰਚ ਜ਼ਿੰਮੇਵਾਰ ਹੋਊਗਾ। ਇਹ ਗੇਟ 3 ਤੋਂ 4 ਵਾਰੀ ਡੱਕਿਆ ਗਿਆ ਹੈ। ਹਾਂਜੀ ਇਹ ਤੁਹਾਡੀ ਜ਼ਮੀਨ? ਮੇਰੀ ਜ਼ਮੀਨ, ਮੇਰੀ ਪਿਓ ਦੀ ਮਾਲਕੀ, ਉਹਦੇ ਵਿੱਚ ਮੇਰਾ ਘਰ ਹੈ। ਸਰਪੰਚ ਦਾ ਕੀ ਲੈਣ ਦੇਣ ਜ਼ਮੀਨ? ਸਰਪੰਚ ਦਾ ਲੈਣ ਦੇਣ ਕੁਝ ਨਹੀਂ ਗਾ, ਉਹਨਾਂ ਦੀ ਮਾਲਕੀ ਜਿਹੜੀ ਆ ਉਹ ਆਪ ਮਗਰ ਪਈ ਆ, ਇੱਧਰ ਪਈ ਆ ਉਹਦੇ 'ਚ, ਇਹ ਘਰ ਵਿੱਚ ਮਤਲਬ ਇਹਦਾ ਕੋਈ ਲੈਣ ਦੇਣੀ ਆ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਮੰਗ ਇਹੋ, ਮੈਂ ਇਨਸਾਫ ਮੰਗਦਾ ਹਾਂ ਵੀ ਮਤਲਬ ਮੈਨੂੰ ਮੇਰਾ ਗੇਟ ਲਾਇਆ ਜਾਵੇ। ਮੇਰਾ ਨਾਂ ਜੀ ਮੰਗਲਜੀਤ ਸਿੰਘ ਅਠਵਾਲ, ਸਰਪੰਚ ਵੀ ਅਠਵਾਲ। ਕੀ ਤੁਹਾਡੇ ਉਹ NRI ਤੁਹਾਡੇ ਕੋਲ ਬੁਲਾ ਰਿਹਾ, ਮੇਰਾ ਗੇਟ ਨਹੀਂ ਲਾਉਂਦੇ, ਕੀ ਮਸਲਾ ਸਾਰਾ? ਉਹ ਜੀ ਸਾਡਾ ਚਾਚਾ ਲੱਗਦਾ ਸਰੀਕੇ 'ਚ, ਔਰ ਉਹਦੀ ਕੋਠੀ ਦਾ ਗੇਟ ਨਹੀਂ ਗਾ। ਉਹ ਕੋਠੀ 'ਤੇ ਉਹਨੇ ਕੋਠੀਆਂ 2 ਬਣਾਈਆਂ ਨੇ, ਤੀਜੀ ਜਿਹੜੀ ਪਹਿਲੋਂ ਸਾਂਝਾ ਥਾਂ ਸੀਗਾ ਉਹ ਭਰਾਵਾਂ ਦੀ ਵੰਡ ਹੋ ਚੁੱਕੀ, ਉਹਨਾਂ ਦੀ ਆਪਣੇ ਭਰਾਵਾਂ ਦੀ ਵੰਡ ਕਰਕੇ ਆਪਣੀ ਜਿਹੜੀ ਜਗ੍ਹਾ ਵਾ ਆਪਣੇ ਭਰਾ ਨੂੰ ਦੇ ਚੁੱਕਾ। ਜਿਹੜੀ ਦੂਸਰੀ ਜਗ੍ਹਾ ਵਾ ਉਹ ਆਣ ਕੇ ਇਹਨੇ ਕਬਜ਼ਾ ਕੀਤਾ ਵਾ, ਸਾਂਝੀ ਜਗ੍ਹਾ, ਨਾ ਕੋਈ ਤਕਸੀਮ, ਨਾ ਕੋਈ ਗੱਲ, ਨਾ ਕੋਈ ਬਾਤ, ਸਾਡੀ 56 ਕਿੱਲੇ ਜ਼ਮੀਨ ਜਿਹੜੀ ਅੱਜ ਸਾਂਝਾ ਖਾਤਾ ਚੱਲ ਰਿਹਾ ਹੈ, ਉਹਦੇ ਵਿੱਚ ਕਿਸੇ ਦਾ ਵੀ ਕੋਈ ਅਜੇ ਤਕਸੀਮ ਨਹੀਂ ਹੋਈ, ਨਾ ਕਿਸੇ ਨੇ ਉੱਤੇ ਕਬਜ਼ਾ ਕੀਤਾ, ਅਜੇ ਤੱਕ ਇੱਕ ਮਰਲੇ ਥਾਂ 'ਤੇ ਵੀ ਕਿਸੇ ਨੇ ਕਬਜ਼ਾ ਨਹੀਂ ਕੀਤਾ, ਦੂਸਰੇ ਕਿਸੇ ਵੀ ਸਾਂਝੇ ਵਿਅਕਤੀ ਨੇ। ਇਹਨੇ ਕੋਠੀ ਪਾਈ ਪਹਿਲਾਂ ਆਣ ਕੇ ਉੱਥੇ, ਕਹਿੰਦਾ ਮੈਨੂੰ ਕੋਠੀ ਪਾ ਲੈਂਦਾ, ਕੋਠੀ ਵੀ ਪਾਉਣ ਦਿੱਤੀ, ਕੋਠੀ ਚਲੋ ਪਾਲਾ ਕੋਠੀ, ਕੋਈ ਗੱਲ ਨਹੀਂ, ਮੈਨੂੰ ਸ਼ੌਂਕ ਆ ਬਾਰ ਬਾਰ ਕੋਠੀ ਪਾਉਣੀ ਆ। ਕਹਿੰਦਾ ਮੈਂ ਫਾਦਰ ਸਾਹਿਬ ਨੂੰ ਪੁੱਛਿਆ ਤੁਹਾਡੇ ਨੂੰ, ਮੈਂ ਚਲੋ ਪੁੱਛਿਆ ਹੋਊਗਾ, ਉਹ ਇਸ ਵੇਲੇ ਇਸ ਸੰਸਾਰ 'ਤੇ ਨਹੀਂ ਗਏ। ਉਹ ਤੋਂ ਬਾਵਜੂਦ ਇਹਨੇ ਸਾਂਝੀ ਜਗ੍ਹਾ ਹੋਰ ਸਾਡੇ 17 ਕਨਾਲਾਂ ਜਗ੍ਹਾ ਜਿਹੜੀ ਹੈ ਹੋਰ ਸਾਂਝੀ ਹੈਗੀ, ਇਹਨੇ ਉਹਨੂੰ ਵੜਨੀ ਚਾਲੂ ਕਰ ਦਿੱਤਾ, ਉਹਦੇ ਉੱਤੇ ਮਿੱਟੀ ਪਾਉਣੀ ਜ਼ਬਰਦਸਤੀ ਕਰ ਦਿੱਤੀ ਚਾਲੂ। ਸੋ ਹੁਣ ਇਹਨੂੰ ਉਹ ਜਿਹੜੀ ਇਹ ਚੀਜ਼
ਮੈਂ ਜਦੋਂ ਧੱਕੇਸ਼ਾਹੀ ਹੁੰਦੀ ਵੇਖ ਕੇ ਮੈਂ ਪੁਲਿਸ ਪ੍ਰਸ਼ਾਸਨ ਕੋਲ ਗਿਆ ਵਾਂ। ਮੈਂ ਕਿਹਾ ਜਨਾਬ ਆਹ ਤੁਸੀਂ ਵੇਖ ਲਓ ਧੱਕਾ ਹੋਣ ਡਿਆ ਸਾਡੇ ਨਾਲ। ਉੱਥੇ ਮੁਲਾਜ਼ਮ ਆਏ ਆ, ਉਹਨਾਂ ਨੇ ਇਹਨਾਂ ਨੂੰ ਧੱਕੇਸ਼ਾਹੀ ਕਰਦਿਆਂ ਗੇਟ ਲਾ ਰਹੇ ਸੀਗੇ ਧੱਕੇ ਨਾਲ। ਉਹ ਗੁਰਦੀਪ ਸਿੰਘ ਨਾਲ ਮਿਸਤਰੀ ਸੀਗੇ, ਨਾਲ ਹੋਰ ਰਿਸ਼ਤੇਦਾਰ ਸੀਗੇ ਇਹਨਾਂ ਦੇ, ਉਹ ਜਿਹੜੇ ਉਹਨਾਂ ਨੇ ਗੇਟ ਲਾਉਂਦਿਆਂ ਉਹਨਾਂ ਨੂੰ ਹਟਾਇਆ, ਮੁਲਾਜ਼ਮਾਂ ਨੇ ਹਟਾ ਕੇ ਅਤੇ ਇਹਨਾਂ ਨੂੰ ਆਖਿਆ ਵੀ ਜੋ ਤੁਹਾਡੇ ਕੋਲ ਡਾਕੂਮੈਂਟ ਆਇਆ ਵਾ, ਤੁਹਾਡੇ ਕੋਈ ਤਕਸੀਮ ਹੈਗੀ ਆ ਅਤੇ ਤੁਸੀਂ ਲੈ ਕੇ ਅਤੇ ਉੱਥੇ ਥਾਣੇ ਪਹੁੰਚੋ। ਇਹ ਫਿਰ ਚੌਂਕੀ ਗਏ ਨੇ, ਮੈਂ ਵੀ ਉੱਥੇ ਚੌਂਕੀ ਗਿਆ। ਇਹਨਾਂ ਕੋਈ ਦਸਤਾਵੇਜ਼ ਨਹੀਂ ਲੱਭਾ, ਨਾ ਇਹਨਾਂ ਕੋਈ ਤਕਸੀਮ, ਨਾ ਕੋਈ ਗੱਲ, ਨਾ ਕੋਈ ਬਾਤ। ਉਹ ਸਰੇ ਸਰ ਨਜਾਇਜ਼ ਕਬਜ਼ਾ ਸੀਗਾ, ਜਿਹੜਾ ਕਿ ਮੇਰੇ ਕੋਲ ਹੋਰ ਰਿਸ਼ਤੇਦਾਰਾਂ ਨੂੰ ਕਹਿ ਕੇ ਮੇਰੇ 'ਤੇ ਦਬਾਅ ਬਣਾਇਆ ਜਾ ਰਿਹਾ ਵੀ ਇਹਨੂੰ ਬੰਨ ਦਿੱਤਾ ਜਾਵੇ। ਮੈਂ ਫਿਰ ਜਦੋਂ ਹਟਾਉਣ ਗਿਆ, ਮੇਰੇ ਦੁਆਲੇ ਪਿਸਤੌਲ ਕੱਢ ਲਿਆ ਵਾ, ਪਿਸਤੌਲ ਕੱਢ ਕੇ ਮੇਰੇ ਪਿੱਛੇ ਦੌੜਿਆ ਵਾ। ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵਾਂ ਕਿ ਇਹਦੀ ਉਹ ਵੀਡੀਓ ਇਹਦੇ ਹੀ ਕੈਮਰਿਆਂ 'ਚ ਕੈਦ ਨੇ, ਉਹ ਕਢਵਾ ਕੇ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਮੈਂ ਕੇਸ ਚੱਲ ਰਿਹਾ ਵਾ, ਕੇਸ ਜਦੋਂ ਹੱਲ ਹੋ ਗਿਆ ਆਪਣੇ ਕੰਧਾਂ ਕੱਢਣ ਜੋ ਮਰਜ਼ੀ ਕਰਨ। ਇਹ ਨਾ ਜ਼ਮੀਨ ਇਹਨਾਂ ਦੀ ਸਾਂਝੀ ਆ ਚਾਚਾ ਭਤੀਜਾ ਨੇ, ਮੰਗਲਜੀਤ ਸਿੰਘ ਅਤੇ ਗੁਰਦੇਵ ਸਿੰਘ ਪਟਵਾਲਾ ਤੋਂ, ਅਤੇ ਗੁਰਦੇਵ ਸਿੰਘ ਬਾਹਰੋਂ ਆਏ ਨੇ ਅਤੇ ਇਹਨਾਂ ਦੀ ਸਾਂਝੀ ਜ਼ਮੀਨ ਨੂੰ ਵੰਡ ਨੂੰ ਲੈ ਕੇ ਆ, ਅਤੇ ਉਹ ਅਜੇ ਵੰਡ ਹੋਣੀ ਹੈ ਮਤਲਬ ਉਹਨਾਂ ਦੀ ਪ੍ਰੋਪਰ, ਅਤੇ ਉਹਦੇ 'ਤੇ ਉਹ ਗੇਟ ਲਾ ਰਿਹਾ ਅਤੇ ਉਹਦੇ ਕਬਜ਼ੇ ਨੂੰ ਲੈ ਕੇ ਮਤਲਬ ਉਹਨਾਂ ਨੂੰ ਓਬਜੈਕਸ਼ਨ ਆ, ਅਤੇ ਦੋਨੋਂ ਸਾਈਡਾਂ ਤੋਂ ਦਰਖਾਸਤਾਂ ਆਈਆਂ ਨੇ, ਉਹ ਵੈਰੀਫਾਈ ਕੀਤਾ ਜਾ ਰਿਹਾ ਜੀ। ਜਿਹੜਾ ਐਨ ਆਰ ਆਈ ਹੈਗਾ ਵਾ ਉਹ ਕਹਿ ਰਿਹਾ ਕਿ ਪੁਲਿਸ ਜਿਹੜੀ ਆ, ਪੁਲਿਸ ਦੇ ਕੋਈ ਕਾਗਜ਼ ਪੱਤਰ ਨਹੀਂ ਹੈਗਾ, ਜਾਣ ਕੇ ਹਰਾਸਮੈਂਟ ਕਰਦੀ, ਮੈਂ ਸੁਸਾਈਡ ਕਰਨ ਵੀ ਤਿਆਰ ਹਾਂ, ਮੈਨੂੰ ਹਰਾਸਮੈਂਟ ਕਰਦਾ ਨਹੀਂ। ਪੁਲਿਸ ਉਹਨਾਂ ਨੂੰ ਉਹਦੇ ਤੋਂ ਨਹੀਂ ਰੋਕ ਰਹੀ, ਪੁਲਿਸ ਤਾਂ ਰੋਕ ਰਹੀ ਵੀ ਉੱਥੇ ਕੋਈ ਅਣਸੁਨੱਖਾ ਵੀ ਘਟਨਾ ਨਾ ਹੋਵੇ, ਕੋਈ ਲੜਾਈ ਝਗੜਾ ਨਾ ਹੋਵੇ, ਤਾਂ ਕਰਕੇ ਪੁਲਿਸ ਉਹਨਾਂ ਨੂੰ ਕਹਿ ਰਹੀ ਵੀ ਪਹਿਲਾਂ ਆਪਣਾ ਮਸਲਾ ਸੁਲਝਾਓ, ਜਾਂ ਕੋਈ ਸਾਡੇ ਕੋਲ ਪੇਪਰ ਦਿਓ ਵੀ ਜੇ ਤੁਹਾਨੂੰ ਕੋਈ ਹੈ ਵਾ ਕੁਛ ਵੀ ਮੇਰਾ ਬਣਦਾ ਜਾਂ ਕਦਾ ਬਣਦਾ। ਪਹਿਲਾਂ ਚਾਰ ਵਾਰੀ ਕੰਧਾਂ ਠੀਆਂ ਪਈਆਂ ਨੇ, ਪੁਲਿਸ ਜਾਣ ਵਾਲੀ ਨਹੀਂ। ਪਹਿਲਾਂ ਵੀ ਕਿਤੇ ਇਹ ਸਾਲ 2 ਸਾਲ ਪਹਿਲਾਂ ਹੋਈ ਆ, ਦੋ ਸਾਈਡਾਂ 'ਤੇ ਉਹਨੇ ਕੰਧਾਂ ਕਰ ਲਈਆਂ, ਉਦੋਂ ਗੇਟ ਵੀ ਰੁਕ ਗਿਆ, ਇੱਕ ਸਾਈਡ 'ਤੇ ਕੰਧਾਂ ਵੀ ਹੰਨੀਆਂ, ਉਦੋਂ ਵੀ ਇਹੀ ਮਸਲਾ ਕਿਤੇ ਉੱਠਿਆ ਸੀ ਅਤੇ ਉਦੋਂ ਕੰਮ ਰੁਕ ਗਿਆ। ਹੁਣ ਸਾਲ ਕੁ ਬਾਅਦ ਬਾਹਰੋਂ ਆਇਆ ਅਤੇ ਹੁਣ ਇਹਨੂੰ ਆਇਆ ਵੀ ਮਸਲਾ ਠੰਡਾ ਹੋ ਗਿਆ, ਅਤੇ ਪੁਲਿਸ ਮੈਨੂੰ ਕਿਵੇਂ ਰੋਕ ਸਕਦੀ ਕੰਮ ਕਰਨ ਤੋਂ? ਪੁਲਿਸ ਕੰਮ ਕਰਨ ਤੋਂ ਹੀ ਪੁਲਿਸ ਕਹਿੰਦੀ ਵੀ ਉੱਥੇ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ, ਅਤੇ ਸਾਨੂੰ ਦੋਨਾਂ ਸਾਈਡਾਂ ਤੋਂ ਓਬਜੈਕਸ਼ਨ ਆਏ, ਸਰਪੰਚ ਜਿਹੜਾ ਮੰਗਲਜੀਤ ਆ ਉਹਦੇ ਵੱਲੋਂ ਆਈ ਆ ਵੀ ਇਹ ਸਾਨੂੰ ਰਿਵਾਲਵਰ ਲੈ ਕੇ ਵੀ ਪਿਆ, ਬਟ ਉਹ ਵੈਰੀਫਾਈ ਕੀਤਾ ਜਾ ਰਿਹਾ, ਜੇ ਕੋਈ ਪੁਖਤਾ ਮਤਲਬ ਸਬੂਤ ਨਹੀਂ ਮਿਲੇ। ਤੁਹਾਡੇ ਧਿਆਨ ਵਿੱਚ ਇੰਨੀ ਗੱਲ ਆਈ ਹੈ ਵੀ ਉਹ ਕਹਿੰਦਾ ਮੈਂ ਸੁਸਾਈਡ ਕਰਨਾ, ਜੇ ਮੈਂ ਮਰ ਜਾਵਾਂ ਜੇ ਮੇਰੇ ਹਰਜ ਵੱਜ ਹੁੰਦਾ ਤਾਂ ਜ਼ਿੰਮੇਵਾਰ? ਨਹੀਂ, ਮੇਰੇ ਇੱਦਾਂ ਦਾ ਕੋਈ ਨਹੀਂ ਧਿਆਨ 'ਚ ਆਇਆ ਜੀ। ਕੰਪਲੇਂਟ ਕੋਈ ਜਿਹੜਾ ਬੰਦਾ ਨਹੀਂ ਜੀ? ਉਸ ਤੋਂ ਇਹਨਾਂ ਤੋਂ ਪਹਿਲਾਂ ਮੰਗਲਜੀਤ ਵੱਲੋਂ ਕੰਪਲੇਂਟ ਆਈ, ਉਸ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਦਿੱਤੀ ਆ ਕੇ। ਕਹਿੰਦਾ ਜੇ ਦੂਜੀ ਪਾਰਟੀ ਕੋਲ ਸਟੇ ਆਰਡਰ ਹੈਗਾ ਜਾਂ ਉਹ ਤੋਂ ਘੱਟ ਕਾਗਜ਼ਾਂ ਦਿਖਾਉਣ, ਜਦੋਂ ਕਿ ਮੇਰਾ ਉਸੇ ਵੈਰੀਫਾਈ ਕਰ ਰਹੇ ਜੀ, ਉਹੀ ਚੀਜ਼ ਵੈਰੀਫਾਈ ਕਰ ਰਹੇ ਹਾਂ। ਉਹ ਨੰਬਰ ਜਿਹੜੇ ਸਾਂਝੇ ਪਿੱਛੇ ਮੰਗਲਜੀਤ ਦੇ ਟੱਬਰ ਦਾ ਕਬਜ਼ਾ ਕੇ ਮੇਰਾ ਕਬਜ਼ਾ, ਬਿਲਕੁਲ ਪੁਲਿਸ ਜਾਣ ਵਜੇ ਮੈਨੂੰ ਹਰਾਸ ਕਰ ਜਿਹਦਾ ਇਹ ਕਹਿਣਾ ਜੀ। ਨਹੀਂ, ਕਬਜ਼ਾ ਹਜੇ ਇਸੇ ਕਬਜ਼ੇ ਦਾ ਹੀ ਰੌਲਾ ਆ, ਕਬਜ਼ਾ ਹੈ ਨਹੀਂ, ਕਬਜ਼ੇ ਦਾ ਰੌਲਾ ਹੈ। ਦੋਵਾਂ ਧਿਰਾਂ ਨੂੰ ਕਦੋਂ ਬੁਲਾਇਆ ਗਿਆ ਜੀ? ਇਹ ਇੱਕ ਦੋ ਦਿਨ ਦੇ ਵਿੱਚ ਵੈਰੀਫਾਈ ਹੋ ਜਾਣਾ ਜੀ, ਕਰਦੇ ਪਏ ਹਾਂ ਅਤੇ ਬੈਠ ਕੇ ਸੋਲਵ ਆਊਟ ਹੋ ਜਾਣਾ ਜੀ।